ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਹੈ। ਇਸ ਵਾਰ ਟੂਰਨਾਮੈਂਟ ਵਿੱਚ ਕੁੱਲ 74 ਮੈਚ ਖੇਡੇ ਜਾਣਗੇ। ਆਈਪੀਐਲ ਦਾ ਫਾਈਨਲ ਮੁਕਾਬਲਾ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ। ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਵਿੱਚ ਇਸ ਵਾਰ 10 ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਜ਼ਿਕਰਯੋਗ ਹੈ ਕਿ ਆਈਪੀਐਲ 2023 ਦੀਆਂ 10 ਟੀਮਾਂ ਨੂੰ ਏ ਅਤੇ ਬੀ ਗਰੁੱਪ ਵਿੱਚ ਵੰਡਿਆ ਗਿਆ ਹੈ। ਮੁੰਬਈ ਇੰਡੀਅਨਸ, ਕੋਲਕਾਤਾ ਨਾਈਟ ਰਾਈਡਸ, ਰਾਜਸਥਾਨ ਰਾਈਡਸ, ਦਿੱਲੀ ਕੈਪੀਟਲ ਅਤੇ ਲਖਨਊ ਸੁਪਰ ਜੁਆਇੰਟਸ ਨੂੰ ਪਹਿਲੇ ਗਰੁੱਪ ਵਿੱਚ ਰੱਖਿਆ ਗਿਆ ਹੈ, ਜਦਕਿ ਦੂਜੇ ਗਰੁੱਪ ਵਿੱਚ ਚੇਨਈ ਸੁਪਰ ਕਿੰਗਸ, ਸਨਰਾਈਜ਼ ਹੈਦਰਾਬਾਦ, ਰਾਇਲ ਚੈਲੰਜ ਬੈਂਗਲੁਰੂ, ਪੰਜਾਬ ਕਿੰਗਸ ਅਤੇ ਗੁਜਰਾਤ ਟਾਈਮ ਨੂੰ ਸ਼ਾਮਿਲ ਕੀਤਾ ਗਿਆ ਹੈ। ਪਹਿਲਾ ਮੈਚ 31 ਮਾਰਚ ਨੂੰ ਚੇਨਈ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ।